ਕੌਣ ਹੋ ਤੁਸੀਂ? ਘਰੇ ਕਿਵੇਂ ਆ ਗਏ? ਜਿਹਨੂੰ ਤੂੰ ਬਹੁਤ ਦੇਰ ਤੋਂ ਮਿਲਣ ਲਈ ਤਰਸਦੀ ਪਈ ਸੀ, ਇਹ ਤੇਰੀ ਜਠਾਣੀ ਆ। ਅੱਜ ਤੋਂ ਬਾਅਦ ਜਠਾਣੀ ਜੀ ਦੀ ਦੇਖਭਾਲ ਮੈਂ ਕਰੂੰਗੀ। ਤੂੰ ਇਸ ਘਰ ਵਿੱਚ ਵਿਆਹ ਕਰਾ ਕੇ ਬਹੁਤ ਵੱਡੀ ਗਲਤੀ ਕੀਤੀ ਆ। ਮੇਰਾ ਘਰ ਵਾਲਾ ਬਹੁਤ ਜ਼ਿਆਦਾ ਬਿਮਾਰ ਥਾ ਔਰ ਮੁਝੇ ਪੈਸੋਂ ਕੀ ਜ਼ਰੂਰਤ ਥੀ। ਉਹ ਭਾਬੀ ਨੂੰ ਕਿਹੜੇ ਵੇਲੇ ਮਿਲ ਗਈ? ਉਹਨੇ ਕਿੱਥੇ ਦੇਖ ਲਿਆ? ਮਿੰਦੋ, ਭਾਬੀ ਤੋਂ ਪਰੇ ਹੋ ਜਾ, ਕਿਤੇ ਤੇਰੇ ਮਾਰ ਹੀ ਨਾ ਦੇਵੇ। ਤੂੰ ਇਹਨੂੰ ਅੰਦਰ ਕਦੇ ਲੈ ਕੇ ਗਈ ਆ? ਪਰੇ ਹੋ ਜਾ। ਕੌਣ ਕਿਹਨੂੰ ਮਾਰਦਾ ਸੀ ਇਹ ਤਾਂ ਮੈਨੂੰ ਸਾਰਾ ਕੁਛ ਪਤਾ ਲੱਗ ਹੀ ਗਿਆ। ਤੁਸੀਂ ਸਾਰੇ ਜਾਣੇ ਰੋਜੀ ਦੇ ਨਾਲ ਇੰਨਾ ਮਾੜਾ ਸਲੂਕ ਕਰਦੇ ਸੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਸ਼ਰਮ? ਆਪਾਂ ਨੂੰ ਸ਼ਰਮ ਕਰਨ ਨੂੰ ਕਹਿੰਦੀ ਪਈ ਆ ਇਹ? ਕਿਹਦੀਆਂ ਗੱਲਾਂ ਤੂੰ ਯਕੀਨ ਕਰਦੀਆਂ ਇਹਦੀਆਂ? ਓਏ ਪਾਗਲ ਹੈ, ਇਹ ਕੁਛ ਵੀ ਕਹਿ ਦਿੰਦੀ ਆ ਸਾਡੇ ਬਾਰੇ ਵੀ। ਇਹਨੇ ਤੈਨੂੰ ਬਹੁਤ ਕੁਛ ਐਵੇਂ ਕਹਿਤਾ ਹੋਣਾ, ਕੱਲ ਨੂੰ ਇਹੀ ਤੇਰੇ ਬਾਰੇ ਸਾਨੂੰ ਕਹੂਗੀ। ਦੱਸ, ਅਸੀਂ ਵੀ ਯਕੀਨ ਕਰ ਲਈਏ, ਇਹਦੀਆਂ ਗੱਲਾਂ 'ਤੇ ਯਕੀਨ ਨਾ ਕਰਿਆ ਕਰ। ਇਹ ਪਾਗਲ ਨਹੀਂ, ਤੁਸੀਂ ਸਾਰੇ ਜਾਣੇ ਪਾਗਲ ਹੋ। ਜਿੱਦਾਂ ਦੀ ਇਹਦੀ ਹਾਲਤ ਤੁਸੀਂ ਬਣਾਈ ਹੋਈ ਹੈ ਨਾ, ਇੱਦਾਂ ਦਾ ਕੋਈ ਚੰਗੇ ਦਿਮਾਗ ਦਾ ਬੰਦਾ ਤਾਂ ਕਰ ਹੀ ਨਹੀਂ ਸਕਦਾ, ਗੰਦੇ ਦਿਮਾਗ ਦਾ ਬੰਦਾ ਹੀ ਕਰਦਾ। ਬਸ ਕਰ ਮਿੰਦੋ, ਬਹੁਤ ਹੋ ਗਿਆ, ਤੂੰ ਨਾਲੇ ਆਪਣੇ ਬਾਰੇ ਸੋਚ, ਇਹਦੇ ਬਾਰੇ ਨਹੀਂ। ਮੈਂ ਜੋ ਕੁਛ ਵੀ ਕਹਿ ਰਹੀ ਹਾਂ ਨਾ, ਆਪਣੇ ਬਾਰੇ ਸੋਚ ਕੇ ਹੀ ਕਹਿੰਦੀ ਪਈ ਹਾਂ। ਜਦ ਤੁਸੀਂ ਆਪਣੀ ਵੱਡੀ ਭਾਬੀ, ਤੁਸੀਂ ਆਪਣੀ ਵੱਡੀ ਨੂੰਹ ਅਤੇ ਤੁਸੀਂ ਆਪਣੀ ਘਰਵਾਲੀ ਦੇ ਨਹੀਂ ਹੋਏ ਤਾਂ ਤੁਸੀਂ ਮੇਰੇ ਕਿੱਥੋਂ ਹੋ ਜਾਓਗੇ? ਗੱਲ ਸੁਣ ਮੇਰੀ, ਕੰਨ ਖੋਲ੍ਹ ਕੇ, ਹਜੇ ਤੱਕ ਤਾਂ ਤੈਨੂੰ ਕੁਛ ਕਿਹਾ ਨਹੀਂ, ਜੇ ਜ਼ਿਆਦਾ ਜਵਾਨ ਲੜਾਈ ਨਾ, ਤੇਰਾ ਵੀ ਇਹਦੇ ਵਰਗਾ ਹੀ ਹੱਲ ਕਰ ਦਾਂਗੇ। ਉਹ ਮਾਤਾ, ਭੁਲੇਖੇ ਦੇ ਵਿੱਚ ਨਾ ਰਹਿ ਜਿਓ, ਮੈਨੂੰ ਹੱਥ ਲਾਉਣ ਤੋਂ ਪਹਿਲਾਂ ਇਹ ਸੋਚ ਲਿਓ ਬਾਅਦ ਦੇ ਵਿੱਚ ਤੁਹਾਡਾ ਕੀ ਹਾਲ ਹੋਊਗਾ। ਉਹ ਤੂੰ ਸਾਡਾ ਕੀ ਹਾਲ ਕਰ ਦੇਗੀ? ਤੁਰਿਆ ਤੇ ਤੋ ਜਾਂਦਾ ਨਹੀਂ, ਦੋ ਪਈਆਂ ਕੰਨ ਤੇ ਨਾ ਅਗਲ ਟਿਕਾਣੇ ਆ ਜੂਗੀ। ਹੱਥ ਲਾ ਕੇ ਦਿਖਾ, ਫੇਰ ਦੇਖਦੀ ਆ ਕਿਹਦੀ ਅਕਲ ਟਿਕਾਣੇ ਆਉਂਦੀ ਆ। ਗੂੰਗੇ ਵੀ ਬੋਲਣ ਲੱਗ ਗਏ, ਲੱਗਦਾ ਤੂੰ ਭੁੱਲ ਗਈ ਜੋ ਕੁਛ ਅਸੀਂ ਤੇਰੇ ਨਾਲ ਕੀਤਾ। ਮੈਂ ਕੁਛ ਨਹੀਂ ਭੁੱਲੀ ਤੇ ਨਾ ਹੀ ਆਖਰੀ ਸਾਹ ਤੱਕ ਭੁੱਲੂਗੀ, ਪਰ ਜੋ ਕੁਛ ਅੱਜ ਤੇਰੇ ਨਾਲ ਹੋਊਗਾ ਨਾ, ਭੁੱਲਦਾ ਤੂੰ ਵੀ ਨਹੀਂ। ਉਹ ਤੂੰ ਸੁਣੀ ਕੀ ਜਾਣਾ, ਇਹਨੂੰ ਬੰਨ ਉੱਥੇ, ਆ ਨਵੀਂ ਬਹੂ ਜੀ ਬਥੇਰੀ ਲਾਜ ਰੱਖ ਲਈ, ਸਾਰਾ ਘਰ ਇਹਨੂੰ ਉਥਲ ਪੁਥਲ ਕਰਕੇ ਰੱਖਤਾ। ਹੱਥ ਲਾ ਕੇ ਦਿਖਾ ਜੇ ਤੇਰੇ 'ਚ ਹਿੰਮਤ ਆ ਤਾਂ। ਤੂੰ ਫਿਰ ਰੋਕ ਕੇ ਦਿਖਾ ਹੁਣ। ਮੇਰੇ ਪੁੱਤ ਦੇ ਦੰਦੀ ਕਿਵੇਂ ਵੱਢਤੀ? ਰਹੀ ਨਾ ਪਾਗਲ ਦੀ ਪਾਗਲ, ਪੁੱਤ ਦਰਦ ਤਾਂ ਨਹੀਂ ਹੁੰਦਾ? ਵਾਹ ਮੰਮੀ, ਆਪਦੇ ਪੁੱਤ ਨੂੰ ਮਾੜਾ ਜਿਹਾ ਦਰਦ ਕੀ ਹੋਇਆ ਤਾਂ ਤੁਹਾਨੂੰ ਬੜੀ ਤਕਲੀਫ ਹੋ ਗਈ। ਜਦੋਂ ਇਹੀ ਤਕਲੀਫ ਤੁਸੀਂ ਕਿਸੇ ਦੂਜੇ ਦੀ ਧੀ ਨੂੰ ਦਿੰਦੇ ਹੋ, ਉਦੋਂ ਤੁਹਾਡੀ ਕਦੇ ਜ਼ਮੀਰ ਨਹੀਂ ਜਾਗਦੀ? ਜ਼ਮੀਰ ਦੀਆਂ ਗੱਲਾਂ ਕਰਦੀਆਂ, ਉਹ ਤੇਰੇ ਸਾਹਮਣੇ ਦੰਦੀ ਵੱਢੀ, ਤੈਨੂੰ ਦੇਖਦਾ ਨਹੀਂ ਪਿਆ? ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ, ਪਹਿਲਾਂ ਇਹ ਤੋਂ ਖੇੜਾ ਛੜਾ। ਉਹ ਤੂੰ ਇਹਦੀ ਗੱਲ 'ਤੇ ਨਾ ਯਕੀਨ ਕਰ। ਹਾਂ ਸੱਚ, ਮੈਂ ਤਾਂ ਸੋਚਿਆ ਹੀ ਨਹੀਂ, ਆਪਾਂ ਆਰਾਮ ਨਾਲ ਬਹਿ ਕੇ ਗੱਲ ਕਰ ਸਕਦੇ ਹਾਂ। ਹਾਂ ਬਸ ਕਰੋ, ਬਹੁਤ ਹੋ ਗਿਆ। ਉਹਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਾਫ਼ ਸਾਫ਼ ਦੱਸਦੇ ਪਏ ਆ ਕਿ ਉਹ ਸੱਚ ਬੋਲਦੀ ਪਈ ਆ। ਲੈ, ਮੈਨੂੰ ਹੀ ਲਾ ਲਾ ਧਰੀ ਜਾਂਦੀ ਆ, ਮੈਂ ਘਰ ਵਾਲਾ ਤੇਰਾ, ਮੇਰੀ ਗੱਲ 'ਤੇ ਤਾਂ ਯਕੀਨ ਕਰ, ਉਹਦੀਆਂ ਸੱਟਾਂ ਤੈਨੂੰ ਦਿਖਦੀਆਂ ਨੇ, ਤੈਨੂੰ ਪਤਾ
ਇਹ ਵੀ ਕਦੇ ਕੁਛ ਚੱਕ ਕੇ ਵੀਰੇ ਦੇ ਮਾਰਦੀ ਰਹੀ ਆ, ਕਦੇ ਕੁਛ ਚੱਕ ਕੇ ਵੀਰੇ ਦੇ ਵੀ ਨਿਸ਼ਾਨ ਪਏ ਹੋਏ ਨੇ। ਜੇ ਮੇਰੇ 'ਤੇ ਨਹੀਂ ਯਕੀਨ ਨਾ ਤਾਂ ਆ ਚੰਪਾ ਖੜੀ ਆ, ਇਹਨੂੰ ਪੁੱਛ ਲਾ, ਦੱਸ ਸਾਰੀ ਗੱਲ, ਦੱਸ ਦੱਸ ਦੱਸ। ਬਾਬੂ ਜੀ ਅਬ ਤੋਂ ਬਸ ਕਰੋ, ਔਰ ਕਿਤਨਾ ਝੂਠ ਬੋਲੋਗੇ, ਆਪਕਾ ਝੂਠ ਤੋਂ ਪਕੜਾ ਗਿਆ। ਕੀ ਬਕਵਾਸ ਕਰੀ ਜਾਂਦੀ ਹੈ, ਲੱਗਦਾ ਇਹਨਾਂ ਨੇ ਤੈਨੂੰ ਵੀ ਪੱਟੀ ਪੜਾਤੀ। ਤੂੰ ਯਾਦ ਕਰ, ਸਾਡੇ ਕੋਲ ਤੇਰੀ ਅਮਾਨਤ ਪਈ ਆ। ਤੁਸੀਂ ਇੱਕ ਕਾਗਜ਼ਾਂ ਪਿੱਛੇ ਗਰੀਬ ਨੂੰ ਡਰਾਈ ਗਏ, ਉਹਨੇ ਇੱਕ ਰਿਪੋਰਟ ਕਰਾਉਣੀ ਆ, ਕਾਗਜ਼ ਤੁਹਾਨੂੰ ਆਪਣੇ ਆਪ ਕੱਢਣੇ ਪੈ ਜਾਣੇ ਆ, ਕਿਉਂਕਿ ਜਗ੍ਹਾ ਉਹਦੇ ਨਾਮ 'ਤੇ ਆ। ਤੂੰ ਚੁੱਪ ਕਰ, ਮੈਂ ਤੇਰੇ ਨਾਲ ਗੱਲ ਨਹੀਂ ਕਰਦੀ। ਚੰਪਾ, ਮੈਨੂੰ ਲੱਗਦਾ ਤੇਰਾ ਮਾੜਾ ਟਾਈਮ ਆ ਗਿਆ। ਬੀਬੀ ਜੀ, ਮਾੜਾ ਟਾਈਮ ਮੇਰਾ ਨਹੀਂ, ਆਪਕਾ ਆਇਆ ਹੈ ਜੋ ਆਪਕੇ ਪਿੱਛੇ ਖੜਾ ਹੈ। ਆ ਜਾਓ ਜੀ, ਆ ਦੋਨੇ ਨੋਹਾਂ ਸਾਨੂੰ ਕੁੱਟਣ ਨੂੰ ਪੈ ਗਈਆਂ। ਆ ਮੁੰਡੇ ਦੇ ਦੇਖੋ ਕਿੱਡੀ ਜ਼ੋਰ ਦੀ ਦੰਦੀ ਵੱਢੀ ਆ। ਆ ਜਾਓ, ਅੱਜ ਫੜ ਲਓ ਇਹਨਾਂ ਨੂੰ। ਫੜ ਲਓ ਬਈ। ਮੈਨੂੰ ਕਾਹਤੇ ਫੜਿਆ, ਤੁਸੀਂ ਇਹਨਾਂ ਨੂੰ ਫੜੋ। ਕੀ ਗੱਲ ਮੰਮੀ, ਕੀ ਕਹੀ ਜਾਂਦੇ ਤੁਸੀਂ? ਤੁਸੀਂ ਉਹਨਾਂ ਨੂੰ ਕਿਹਾ ਸੀ ਫੜ ਲਓ, ਉਹਨਾਂ ਨੇ ਫੜ ਲਿਆ, ਹੁਣ ਜਿਹਦਾ ਕਸੂਰ ਆ ਉਹਨੂੰ ਹੀ ਫੜਨਗੇ। ਮਾਤਾ ਜੀ ਅੱਖਾਂ ਨਾ ਕੱਢੋ, ਥਾਣੇ ਜਾ ਕੇ ਗੱਲ ਕਰਦੇ ਹਾਂ। ਅਸੀਂ ਕੀ ਕੀਤਾ, ਤੁਸੀਂ ਸਾਨੂੰ ਕਾਹਤੇ ਲੈ ਕੇ ਜਾਂਦੇ ਹੋ? ਥਾਣੇ ਚੱਲ ਕੇ ਦੱਸਦੇ ਹਾਂ ਤੁਸੀਂ ਕੀ ਕੀਤਾ। ਥੈਂਕ ਯੂ ਵੀਰੇ, ਤੁਸੀਂ ਟਾਈਮ 'ਤੇ ਆ ਗਏ, ਨਹੀਂ ਤਾਂ ਹੱਥੋਂ ਪਾਈ ਬਹੁਤ ਵੱਧ ਜਾਣੀ ਸੀ। ਐਂ ਕਿਵੇਂ ਹੱਥੋਂ ਪਾਈ ਕਰ ਲੈਂਦੇ, ਹੱਥ ਨਾ ਤੋੜ ਦਿੰਦੇ। ਬੇਟਾ ਮੈਨੂੰ ਮਾਣ ਹੈ ਤੇਰੇ 'ਤੇ, ਯਾਦ ਹੈ ਤੈਨੂੰ ਮੈਂ ਇੱਕ ਦਿਨ ਕਿਹਾ ਸੀ ਤੂੰ ਸਪੈਸ਼ਲ ਹੈ, ਰੱਬ ਦਾ ਸਪੈਸ਼ਲ ਬੱਚਾ, ਅਤੇ ਰੱਬ ਨੇ ਤੈਨੂੰ ਸਪੈਸ਼ਲ ਕੰਮ ਲਈ ਹੀ ਚੁਣਿਆ। ਤੂੰ ਅੱਜ ਸਾਬਤ ਕਰਤਾ ਭੈਣੇ, ਜੇ ਜ਼ੁਲਮਾਂ ਅੱਗੇ ਧੀ ਭੈਣ ਮਜ਼ਬੂਤ ਹੋ ਜਾਏ ਨਾ ਤਾਂ ਪਾਪੀ ਜ਼ੁਲਮ ਹੀ ਨਹੀਂ ਕਰ ਸਕਦੇ। ਬਿੰਦੋ ਸਲਾਮ ਆ ਤੈਨੂੰ, ਮੈਂ ਚਾਹ ਕੇ ਵੀ ਤੇਰੇ ਵਰਗੀ ਨਹੀਂ ਬਣ ਸਕਦੀ, ਮੇਰੇ ਤੋਂ ਜੋ ਗਲਤੀਆਂ ਹੋਈਆਂ ਪਲੀਜ਼ ਮੈਨੂੰ ਮਾਫ਼ ਕਰ ਦੀ। ਭਾਬੀ ਤੂੰ ਛੱਡ ਹੁਣ ਇਹਨਾਂ ਗੱਲਾਂ ਨੂੰ, ਆਪਣੇ ਆਪਣੇ ਹੀ ਹੁੰਦੇ ਨੇ, ਬਸ ਹੁਣ ਤੁਸੀਂ ਕੰਮ ਕਰਿਆ ਕਰੋ। ਆਪਣੇ ਕੀ ਹੋਇਆ, ਤੁਸੀਂ ਕਾਹਤੇ ਰੋਣ ਲੱਗੇ? ਇੱਕ ਕੰਮ ਰਹਿ ਗਿਆ, ਉਹ ਵੀ ਕਰ ਲਈਏ ਆਪਾਂ, ਚਲੋ ਚਲੋ। ਹੇ ਭਗਵਾਨ ਤੁਹਾਡਾ ਲੱਖ ਲੱਖ ਸ਼ੁਕਰ ਹੈ। ਮੇਰਾ ਪੁੱਤ, ਮੇਰੀ ਧੀ। ਆ ਗਿਆ ਮੇਰਾ ਪੁੱਤ, ਤੈਨੂੰ ਪਤਾ
ਪਤਾ ਤੈਨੂੰ ਮੈਂ ਕਿੰਨਾ ਉਡੀਕਿਆ, ਕਿੰਨਾ ਉਡੀਕਿਆ, ਰੱਬ ਕੋਲੋਂ ਵੀ ਤੈਨੂੰ ਮੰਗਿਆ ਵੀ ਮੇਰੇ ਪੁੱਤ ਮੈਨੂੰ ਦੇ ਦੇ। ਰੱਬ ਨੇ ਤੁਹਾਡੀ ਸੁਣ ਲਈ, ਤਾਂ ਹੀ ਤਾਂ ਮੈਂ ਉੱਥੋਂ ਬਚ ਕੇ ਆ ਗਈ। ਸ਼ੁਕਰ ਆ, ਸ਼ੁਕਰ ਆ ਪੁੱਤ ਤੂੰ ਆ ਗਿਆ, ਨਹੀਂ ਤਾਂ ਮੈਂ ਜਾਨ ਤੋਂ ਕੋਚ ਕਰ ਜਾਣਾ ਸੀ, ਮੈਂ ਮਰ ਜਾਣਾ ਸੀ। ਇਹ ਕੌਣ ਨੇ, ਇਹ ਕੌਣ ਨੇ ਪੁੱਤ? ਪਾਪਾ, ਇਹ ਉਹੀ ਫਰਿਸ਼ਤੇ ਨੇ ਜਿਨ੍ਹਾਂ ਨੇ ਇੱਕ ਧੀ ਨੂੰ ਆਪਣੇ ਪਿਓ ਨਾਲ ਮਿਲਾਇਆ। ਰੱਬ ਨਾ ਇਹਨਾਂ ਦੀ ਚੰਨ ਤਾਰਿਆਂ ਜਿੰਨੀ ਉਮਰ ਕਰੇ। ਇਹਨਾਂ ਦੀ ਪੁੱਤ ਤੂੰ ਆ ਗਈ ਨਾ, ਮੈਂ ਨਾ ਤੈਨੂੰ ਇੱਕ ਚੀਜ਼ ਦੇਣੀ ਆ, ਇੱਕ ਚੀਜ਼ ਦੇਣੀ ਆ। ਕਿਹੜੀ ਹੈ ਨਾ? ਲੈ ਪੁੱਤ ਤੇਰੀ ਅਮਾਨਤ। ਇਹਨੂੰ ਨਾ, ਇਹਨੂੰ ਬਹੁਤ ਜਣਿਆਂ ਨੇ ਕੋਸ਼ਿਸ਼ ਕੀਤੀ ਮੇਰੇ ਕੋਲ ਖੋਣ ਦੀ, ਲਿਜਾਣ ਦੀ, ਪਰ ਮੈਂ ਦਿੱਤੀ ਨਹੀਂ। ਮੈਂ ਕੀ ਕਰਨੀ ਆ, ਮੈਨੂੰ ਤਾਂ ਸਿਰਫ ਤੁਸੀਂ ਚਾਹੀਦੇ ਹੋ, ਤੇ ਮੈਂ ਹੁਣ ਇੱਥੇ ਰਹਿਣਾ ਤੁਹਾਡੇ ਨਾਲ ਆਪਣੇ ਘਰ 'ਚ। ਜੁਗ ਜੁਗ ਜੀ ਮੇਰਾ ਪੁੱਤ, ਜੁਗ ਜੁਗ ਜੀ। ਕੋਈ ਨਾ, ਤੂੰ ਮੇਰੇ ਕੋਲ ਰਹੀ, ਠੀਕ ਆ? ਹਾਂ, ਜਿਹੜੇ ਬੰਦੇ ਕਿਸੇ ਤੇ ਜ਼ੁਲਮ ਕਰਦੇ ਆ ਉਹ ਜ਼ਿਆਦਾ ਦੇਰ ਬਚ ਨਹੀਂ ਸਕਦੇ। ਅਸੀਂ ਇਸੇ ਕਰਕੇ ਇਹਨੂੰ ਬਹੁਤ ਜ਼ਿਆਦਾ ਫਾਸਟ ਲੈ ਕੇ ਗਏ ਹਾਂ, ਅਤੇ ਕੁਛ ਅਗਲੇ ਕੰਸੈਪਟ ਰੈਡੀ ਸੀ। ਦਾਜ ਕੰਸੈਪਟ ਸਾਨੂੰ ਤਾਂ ਕਰਕੇ ਲੈ ਕੇ ਆਉਣਾ ਪਿਆ ਕਿਉਂਕਿ ਜਿਸ ਚੀਜ਼ ਨੂੰ ਅਸੀਂ ਦਿਖਾਉਣਾ ਚਾਹੁੰਦੇ ਸੀ, ਜਿਸ ਕੰਸੈਪਟ ਨੂੰ ਅਸੀਂ ਲੈ ਕੇ ਆਉਣਾ ਚਾਹੁੰਦੀ ਸੀ, ਉਹਦੀ ਤਿਆਰੀ ਨਹੀਂ ਸੀ ਹੋਈ, ਉਹਦਾ ਸੈੱਟ ਪ੍ਰੋਪਰ ਰੈਡੀ ਨਹੀਂ ਸੀ ਹੋਇਆ, ਉਹਦਾ ਮਿਊਜ਼ਿਕ ਰੈਡੀ ਨਹੀਂ ਸੀ ਹੋਇਆ। ਸੋ ਅਸੀਂ ਉਨੀ ਦੇਰ ਵਾਸਤੇ ਦਾਜ ਸੀਰੀਜ਼ ਚਲਾਈ। ਅਮਰ ਦਾ ਬਹੁਤ ਬਹੁਤ ਥੈਂਕਸ। ਬਾਕੀ ਜਿਹੜੀ ਅਗਲੀ ਸੀਰੀਜ਼ ਆ ਰਹੀ ਹੈ ਸਾਡੀ, ਖੂਨ ਦਾ ਪਾਣੀ, ਤੁਸੀਂ ਹਰੇਕ ਸੀਰੀਜ਼ ਦੇ ਵਿੱਚ ਤੁਸੀਂ ਮੰਮੀ ਨੂੰ ਦੇਖ ਲਿਆ ਲੀਡ 'ਤੇ, ਮੈਂ ਦੋ ਨੂੰ ਦੇਖ ਲਿਆ, ਉਹ ਤੋਂ ਬਾਅਦ ਰੋਜੀ ਦੀਦੀ ਨੂੰ ਦੇਖ ਲਿਆ, ਮਨਪ੍ਰੀਤ ਨੂੰ ਦੇਖ ਲਿਆ, ਗੁਰਚਰਨ ਜੀਜਾ ਜੀ ਨੂੰ ਦੇਖ ਲਿਆ, ਪਰ ਅਮਰ ਅੱਜ ਤੱਕ ਲੀਡ 'ਤੇ ਨਹੀਂ ਆਇਆ। ਸੋ ਮੈਸੇਜ ਵੀ ਬਹੁਤ ਆਉਂਦੇ ਸੀ ਕਿ ਅਮਰ ਕਿਉਂ ਨਹੀਂ ਆ ਰਿਹਾ ਵੀਡੀਓ ਦੇ ਵਿੱਚ, ਕਿਉਂਕਿ ਇਹ ਸ਼ੂਟ ਕਰਦਾ ਰਹਿੰਦਾ ਵਿਚਾਰਾ, ਇਸ ਕਰਕੇ ਨਹੀਂ ਆ ਰਿਹਾ। ਸੋ ਜਿਹੜੀ ਖੂਨ ਦਾ ਪਾਣੀ ਸਟੋਰੀ ਹੈ, ਇੱਕ ਰੀਅਲ ਸਟੋਰੀ ਹੈ, ਮਤਲਬ ਤਕਰੀਬਨ ਕਹਿ ਦਈਏ ਕਿ ਦੋ ਘਰ ਛੱਡ ਕੇ ਉਹ ਸਟੋਰੀ ਦੇਖਣ ਨੂੰ ਮਿਲਦੀ ਹੈ। ਰੇਸ਼ੋ ਇਹਦੀ ਹੋ ਗਈ ਮਤਲਬ 40%, 50% ਘਰਾਂ ਦੀ ਕਹਾਣੀ ਹੈ,
50% ਘਰਾਂ ਨੇ ਸੁਣੀ ਹੋਊਗੀ, ਹੋਇਆ ਸਭ ਦੇ ਨਾਲ ਅਤੇ ਹਰੇਕ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਵੀ ਆ। ਖੂਨ ਦਾ ਪਾਣੀ ਕਿਵੇਂ ਬਣ ਜਾਂਦਾ, ਆਪਣਿਆਂ ਦਾ ਖੂਨ ਪਾਣੀ ਕਿਵੇਂ ਬਣ ਜਾਂਦਾ, ਤੁਹਾਨੂੰ ਇਹ ਦਿਖਾਵਾਂਗੇ। ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ ਦਿੱਕਤਾਂ ਦੇ ਵਿੱਚੋਂ ਇੱਕ ਬੰਦਾ ਨਿਕਲਦਾ, ਕਿੱਦਾਂ ਸਟਰਗਲ ਕਰਦਾ, ਕਿੱਦਾਂ ਉਹਦੀ ਲਾਈਫ ਦੇ ਨਾਲ ਕੀ ਹੁੰਦਾ। ਸੋ ਇਹਦੇ ਬਹੁਤ ਨੇੜੇ ਆ, ਰਿਐਲਿਟੀ ਦੇ ਬਹੁਤ ਨੇੜੇ ਆ। ਦਾਜ ਮੰਗਣਾ ਪਲੱਸ ਦਾਜ ਦੇਣਾ, ਦੋਨੇ ਚੀਜ਼ਾਂ ਨੂੰ ਬੰਦ ਕਰ ਦਿਓ। ਦਾਜ ਮੰਗਣ ਦੇ ਨਾਲੋਂ ਨਾ ਇਹ ਬਿਰਤ ਜਿਹੜੀ ਚਲਾਈ ਗਈ ਆ, ਦਾਜ ਦੇਣ ਵਾਲਿਆਂ ਨੇ ਚਲਾਈ ਆ, ਮੇਰੇ ਸਮਝ ਤੋਂ ਥੋੜ੍ਹਾ ਜਿਹਾ ਬਾਹਰ ਹੈ ਕਿ ਪਤਾ ਨਹੀਂ ਇਹ ਕਿੱਥੋਂ ਚੱਲੀ ਆ ਕਿ ਧੀਆਂ ਵਾਲੇ ਦੇਣਗੇ। ਦਾਜ ਵਾਰੀ ਇਹ ਹੁੰਦਾ ਸੀਗਾ ਕਿ ਜਦੋਂ ਕੁਆਰੀ ਹੁੰਦੀ ਸੀ ਧੀ, ਉਦੋਂ ਉਹਦੇ ਹੱਥ ਦੀਆਂ ਕੱਢੀਆਂ ਹੋਈਆਂ ਚਾਦਰਾਂ, ਉਹਦੇ ਹੱਥ ਦੀਆਂ ਕੱਢੀਆਂ ਹੋਈਆਂ ਦਰੀਆਂ, ਉਹਦੇ ਹੱਥ ਨਾਲ ਬਣਾਏ ਹੋਏ ਜਿਹੜੇ ਹੁੰਦੇ ਸੀਗੇ ਪੋਰਟਰੇਟ ਵਗੈਰਾ ਹੁੰਦੇ ਸੀ, ਜਾਂ ਉਹਦੇ ਹੱਥ ਨਾਲ ਬਣਾਏ ਹੋਏ ਕੱਪੜੇ, ਰਜਾਈਆਂ ਦੇ ਛਾੜ, ਰਜਾਈਆਂ, ਇਹ ਸਭ ਚੀਜ਼ਾਂ ਹੁੰਦੀਆਂ ਸੀ। ਪਰ ਅੱਜ ਦਾਜ ਦੇ ਵਿੱਚ ਟੈਲੀਵਿਜ਼ਨ ਕਦੋਂ ਤੋਂ ਐਡ ਹੋ ਗਿਆ, ਗੱਡੀ ਕਦੋਂ ਤੋਂ ਐਡ ਹੋ ਗਈ, ਉਹ ਤੋਂ ਬਾਅਦ ਦਾਜ ਦੇ ਵਿੱਚ ਕੈਸ਼ ਕਦੋਂ ਤੋਂ ਐਡ ਹੋ ਗਿਆ, ਦਾਜ ਦੇ ਵਿੱਚ ਸੋਨੇ ਦੀਆਂ ਚੀਜ਼ਾਂ ਕਦੋਂ ਤੋਂ ਐਡ ਹੋ ਗਈਆਂ, ਇਹ ਸਭ ਪਤਾ ਹੀ ਨਹੀਂ ਲੱਗਿਆ। ਮਤਲਬ ਵਾਧਾ ਵਾਧਾ ਵਾਧਾ, ਇੱਕ ਕਹਿੰਦੇ ਨੇ ਨਾ ਉਂਗਲ ਫੜਾਈ ਅਗਲੇ ਨੇ ਮੋਢੇ 'ਤੇ ਚੜ੍ਹ ਗਿਆ, ਉਹ ਚੀਜ਼ ਆ। ਇੱਕ ਹੁੰਦਾ ਟੁੱਟੇ ਛਿੱਤਰ ਵਾਂਗੂ ਵਧਣਾ, ਇਹ ਪ੍ਰਥਾ ਟੁੱਟੇ ਛਿੱਤਰ ਵਾਂਗੂ ਵਧੀ ਆ, ਇਹਨੂੰ ਇੱਥੇ ਹੀ ਰੋਕ ਲਓ। ਬਾਕੀ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਮੈਂ ਤੁਹਾਨੂੰ ਕੱਟ ਕੇ, ਅਤੇ ਕਈ ਵਾਰ ਕੀ ਹੁੰਦਾ ਕਿ ਮਾਂ ਪਿਓ ਬਹੁਤ ਕੁਛ ਦੇਖ ਕੇ ਕਰਦੇ ਨੇ, ਪਰ ਬਾਅਦ ਦੇ ਵਿੱਚ ਸਹੁਰੇ ਪਰਿਵਾਰ ਜਿਹੜੇ ਨੇ ਉਹਨਾਂ ਦਾ ਬਿਹੇਵੀਅਰ ਸਾਹਮਣੇ ਆਉਂਦਾ ਕਿ ਬਾਅਦ 'ਚੋਂ ਮੰਗਣਾ ਸ਼ੁਰੂ ਕਰਦੇ ਨੇ। ਤਾਂ ਉੱਥੇ ਜਿਹੜੀਆਂ ਲੇਡੀਜ਼ ਨੇਗੀਆਂ, ਔਰਤਾਂ ਨੇ, ਉਹਨਾਂ ਨੂੰ ਸਟਰੋਂਗ ਹੋਣਾ ਚਾਹੀਦਾ, ਨਾ ਕਿ ਉਹਨਾਂ ਨੂੰ ਕਮਜ਼ੋਰ ਹੋ ਕੇ ਉਹਨਾਂ ਦੇ ਜ਼ੁਲਮ ਸਹਿਣੇ ਚਾਹੀਦੇ ਨੇ। ਕਿਉਂਕਿ ਜੇ ਇੱਕ ਨਾਰੀ ਹੈ ਨਾ, ਉਹ ਆਪਣੀ ਆਈ 'ਤੇ ਆ ਜਾਏ ਤਾਂ ਬਹੁਤ ਕੁਛ ਕਰ ਸਕਦੀ ਆ ਉਹ। ਅਤੇ ਤੁਹਾਨੂੰ ਵੀ ਸੋਚਣਾ ਚਾਹੀਦਾ, ਉਹ ਜਿਹਨੇ ਆਪਣੀ ਧੀ ਉਹ ਹੀ ਦੇ ਤੀ, ਮਾਂ ਪਿਓ ਨੇ ਕੀ ਰੱਖ ਲਿਆ ਪੱਲੇ, ਕੁਛ ਵੀ ਨਹੀਂ ਰੱਖਿਆ। ਸਗੋਂ ਉਹਦੀ ਸਾਦੇ ਵਿਆਹ ਕਰਿਆ ਕਰੋ, ਤਾਂ ਕਿ ਮਾਂ ਪਿਓ 'ਤੇ ਵੀ ਕੋਈ ਬਰਡਨ ਨਾ ਰਹੇ ਅਤੇ ਤੁਸੀਂ ਵੀ ਅੱਗੋਂ ਖੁਸ਼ ਰਹੋ। ਪਿਆਰ ਕਰਦੇ ਰਹੋ, ਦੇਖਦੇ ਰਹੋ, ਜਿਉਂਦੇ ਰਹੋ, ਵੱਸਦੇ ਰਹੋ। ਸਾਡਾ ਤਾਂ ਇੱਕੋ ਹੀ ਨਾਰਾ ਹੁੰਦਾ, ਪਰਿਵਾਰ ਨੂੰ ਜੋੜੇ ਰੱਖੋ।